D5 चैनल पंजाबी देख रहे सारे दर्शकों का स्वागत है। मैं सुखवीर सिंह। सोशल मीडिया से श्री अकाल तख्त साहब की एक वीडियो बहुत ही वायरल हो रही है, जिस दे विच निहंग सिंह कुछ संदेश देंदे अकाल तख्त साहब तो दिखाई दे रहे हैं, जिसका माइक जिहड़ा बंद कर दिता जाता है। दस्या जा रहा है कि वीडियो दिवाली वाले दिन की है, जदों श्री अकाल तख्त साहब के जथेदार इतों संबोधन करके हटते हैं तो उस तो बाद निहंग सिंघां दे वल्लों यह माइक फड़ लिया जाता है। तां दस दी कि इस वीडियो को लैके सिख आगुओं के वल्लों कार्रवाई की मांग की गई है। पहले तुसीं भी देखो एक बार यह वीडियो। गुरु का दास इत्थे एक बेनती करनी चाहुंदा, बाबा साडे बाबा जी सत्कार जो के महापुरख इत्थे इकट्ठे होए ने, अज पंथ की जिहड़ी मेन साडी गल आ अज ओह करनी चाहुंदा। ਤਾਂ ਦੱਸ ਦੇ ਕਿ ਇਸ ਵੀਡੀਓ ਨੂੰ ਲੈ ਕੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਾਰਵਾਈ ਦੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਹੈ, ਤਾਂ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵੀਡੀਓ ਨੂੰ ਲੈ ਕੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਇਸ ਵੀਡੀਓ ਨੂੰ ਮੰਦਭਾਗੀ ਦੱਸਿਆ। ਉਹਨਾਂ ਦਾ ਕਹਿਣਾ ਹੈ ਕਿ ਅਕਾਲ ਤਖ਼ਤ ਸਾਹਿਬ ਤੋਂ ਇਸ ਤਰ੍ਹਾਂ ਬੋਲਣਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੇ ਉਲਟ ਹੈ, ਗਲਤ ਹੈ, ਇਸ ਦੇ ਖਿਲਾਫ਼ ਜਿਹੜੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਦਾਦੂਵਾਲ ਸਾਹਿਬ, ਇੱਕ ਨਾ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਹੀ ਵਾਇਰਲ ਹੋ ਰਹੀ ਹੈ, ਜਿਹਦੇ ਵਿੱਚ ਨਿਹੰਗ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੁਝ ਬੋਲਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਸ ਤੋਂ ਬਾਅਦ ਮਾਈਕ ਬੰਦ ਕਰ ਦਿੱਤਾ ਜਾਂਦਾ ਜੀ, ਇਹਦੇ ਬਾਰੇ ਕੀ ਕਹਿਣਾ? ਦੇਖੋ, ਹੁਣੇ ਮੈਨੂੰ ਕਈ ਨੈਸ਼ਨਲ ਚੈਨਲਾਂ ਦੇ ਵੀ ਫੋਨ ਆਏ ਆ, ਉਹਨਾਂ ਨੇ ਵੀ ਦੱਸਿਆ, ਤਾਂ ਮੈਂ ਬਾਅਦ ਵਿੱਚ ਨਿਊਜ਼ ਦੇਖੀ ਆ, ਕਾਫੀ ਵੀਡੀਓ ਜਿਹੜੀ ਆ ਉਹ ਵਾਇਰਲ ਹੋਈ ਹੈ ਨੈਸ਼ਨਲ ਚੈਨਲਾਂ ਦੇ ਉੱਪਰ ਵੀ ਜੀ, ਔਰ ਦੇਖ ਕੇ ਮੈਨੂੰ ਪਤਾ ਲੱਗਿਆ ਕਿ ਦੀਵਾਲੀ ਵਾਲੇ ਦਿਨ ਜੀ ਜਦੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੰਦੇਸ਼ ਦਿੱਤਾ, ਉਸ ਤੋਂ ਬਾਅਦ ਕੁਝ ਨਿਹੰਗ ਸਿੰਘ ਬਾਣੀ ਦੇ ਅੰਦਰ ਸਿੰਘਾਂ ਨੇ ਉੱਥੇ ਜਾ ਕੇ ਤੇ ਉਹ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਬੋਲਣਾ ਸ਼ੁਰੂ ਕਰ ਦਿੱਤਾ ਮੈਕ ਦੇ ਵਿੱਚ। ਮੈਂ ਸਮਝਦਾ ਕਿ ਪਰੰਪਰਾਵਾਂ ਤੇ ਗੁਰਮਰਿਆਦਾ ਦੀ ਉਲੰਘਣਾ ਵਾ, ਬਿਨਾਂ ਇਜਾਜ਼ਤ ਇਸ ਤਰੀਕੇ ਦੇ ਨਾਲ ਮੈਕ ਤੇ ਜਾ ਕੇ ਕਬਜ਼ਾ ਕਰਕੇ ਬੋਲਣਾ। ਇਹ ਤਾਂ ਦੇਖੋ ਤੁਸੀਂ, ਸਰਬੱਤ ਖਾਲਸਾ ਨੇ ਜਥੇਦਾਰ ਖਾਤੇ ਸੀ 2015 ਚ, ਅਸੀਂ ਵੀ ਜਦੋਂ ਅਕਾਲ ਤਖ਼ਤ ਸਾਹਿਬ ਤੇ ਜਾਂ ਦਰਬਾਰ ਸਾਹਿਬ ਗਏ ਤਾਂ ਜਿੱਥੇ ਵੀ ਸੇਵਾਦਾਰਾਂ ਨੇ ਉੱਥੇ ਜਿਹੜੇ ਡਿਊਟੀ ਨਿਭਾ ਰਹੇ ਉਹਨਾਂ ਨੇ ਰੋਕਿਆ ਜੀ, ਉੱਥੇ ਰੁਕ ਕੇ ਆਪਣੀ ਕਾਰਵਾਈ ਕਰਕੇ ਤਾਂ ਉੱਥੋਂ ਅਸੀਂ ਵਾਪਸ ਆ ਜਾਂਦੇ ਰਹੇ ਹਾਂ। ਔਰ ਜੋ ਵੀ ਜਥੇਦਾਰ ਅਕਾਲ ਤਖ਼ਤ ਜਾਂ ਕਾਰਜਕਾਰੀ ਜਥੇਦਾਰ ਉੱਥੇ ਸੰਦੇਸ਼ ਦਿੰਦਾ ਸੀ ਜੀ, ਤਾਂ ਕਦੇ ਵੀ ਗੁਰਮਰਿਆਦਾ ਚ ਪਰੰਪਰਾਵਾਂ ਦੇ ਵਿੱਚ ਵਿਘਨ ਨਹੀਂ ਸੀ ਪਾਇਆ। ਤਾਂ ਮੈਂ ਸਮਝਦਾ ਮੰਦਭਾਗੀ ਗੱਲ ਆ, ਕੋਈ ਵੀ ਗੱਲ ਕਿਸੇ ਤਰ੍ਹਾਂ ਦੀ ਕਹਿਣੀ ਸੀ ਤਾਂ ਉੱਥੇ ਜਿਹੜਾ ਪ੍ਰਬੰਧ ਸੀ ਉਹਨਾਂ ਕੋਲ ਇਜਾਜ਼ਤ ਲੈਣੀ ਜਿਹੜੀ ਉਹ ਬਹੁਤ ਜ਼ਰੂਰੀ ਆ। ਇਸ ਤਰੀਕੇ ਦੇ ਨਾਲ ਕਦੇ ਵੀ ਨਹੀਂ ਹੋਇਆ, ਇਹ ਸ਼ਾਇਦ ਪਹਿਲੀ ਘਟਨਾ ਹੈ ਕਿ ਇਸ ਤਰ੍ਹਾਂ ਅਕਾਲ ਤਖ਼ਤ ਸਾਹਿਬ ਦੀ ਫਸੀਲ ਦੇ ਉੱਤੋਂ ਆਪਣੀ ਮਰਜ਼ੀ ਦੇ ਨਾਲ ਮੈਕ ਲੈ ਕੇ ਬੋਲਣਾ। ਚਾਹੇ ਕੋਈ ਵੀ ਸੰਸਥਾ ਹੋਵੇ, ਸੰਪਰਦਾ ਹੋਵੇ, ਜਥੇਬੰਦੀ ਹੋਵੇ ਜਾਂ ਇੰਡੀਵਿਜੁਅਲ ਕੋਈ ਬੰਦਾ ਹੋਵੇ, ਮੈਂ ਸਮਝਦਾ ਕਿ ਇਸ ਤਰੀਕੇ ਦੀ ਕਾਰਵਾਈ ਜਿਹੜੀ ਆ ਉਹਨੂੰ ਗੁਰਮਰਿਆਦਾ ਦੀ ਉਲੰਘਣਾ ਹੀ ਕਰਾਰ ਦਿੱਤਾ ਜਾਊਗਾ। ਦਾਦੂ ਸਾਹਿਬ, ਤੁਸੀਂ ਜੇਕਰ ਪਤਾ ਕੀਤਾ ਹੋਵੇ ਕੀ ਕਹਿਣਾ ਚਾਹੁੰਦੇ ਸੀ, ਉਹ ਇਹ ਪਤਾ ਲੱਗ ਪਾਇਆ ਜੀ? ਇਸ ਚੀਜ਼ ਦੇ ਨੀ, ਮੈਨੂੰ ਹੁਣੇ ਹੀ ਘੰਟਾ ਕੁ ਪਹਿਲਾਂ ਹੀ ਨਾ ਕਈ ਚੈਨਲਾਂ ਤੋਂ ਫੋਨ ਆਏ, ਤਾਂ ਮੈਂ ਫਿਰ ਇਹ ਕਾਰਵਾਈ ਦੇਖੀ, ਟੀਵੀ ਚੈਨਲਾਂ ਤੇ ਨਿਊਜ਼ ਦੇਖੀ, ਪਰ ਮੈਨੂੰ ਇਸ ਗੱਲ ਦੀ ਅਜੇ ਜਾਣਕਾਰੀ ਨੀ ਮਿਲੀ ਕਿ ਉਹ ਨਿਹੰਗ ਸਿੰਘ ਜੋ ਬਾਣੇ ਦੇ ਵਿੱਚ ਸਿੰਘ ਸੀਗੇ ਉਹ ਉੱਥੇ ਕੀ ਕਹਿਣਾ ਚਾਹੁੰਦੇ ਸੀ, ਉਹ ਕਿਸ ਜਥੇਬੰਦੀ ਦੇ ਸੀ ਜਾਂ ਇੰਡੀਵਿਜੁਅਲ ਆਪਣੇ ਤੌਰ ਤੇ ਸੀ, ਪੱਕੇ ਤੌਰ ਤੇ ਨਿਹੰਗ ਸਿੰਘ ਬਾਣਾ ਧਾਰੀ ਸੀਗੇ ਕਿ ਜਾਂ ਵੈਸੇ ਹੀ ਉਸ ਦਿਨ ਪਾਇਆ ਸੀ, ਜਾਂ ਕੀ ਗੱਲਬਾਤ ਹੈ, ਅਜੇ ਤੱਕ ਕੋਈ ਵੀ ਸਾਹਮਣੇ ਜਿਹੜੀ ਆ ਗੱਲ ਉਹ ਨਹੀਂ ਆਈ ਜੀ। ਜੇਕਰ ਕਾਰਵਾਈ ਦੀ ਗੱਲ ਕੀਤੀ ਜਾਵੇ ਤੁਸੀਂ ਕੀ ਮੰਗ ਕਰਦੇ ਹੋ ਇਹਨਾਂ ਉੱਤੇ? ਦੇਖੋ, ਗੁਰਮਰਿਆਦਾ ਦੀ ਉਲੰਘਣਾ ਤੇ ਹੈ ਹੀ ਆ, ਪਰੰਪਰਾਵਾਂ ਦੀ ਉਲੰਘਣਾ, ਇਹ ਤਾਂ ਹੁਣ ਜਥੇਦਾਰ ਅਕਾਲ ਤਖ਼ਤ ਨੇ ਦੇਖਣਾ ਕਿ ਕਿਸ ਤਰ੍ਹਾਂ ਉਹਨਾਂ ਦੇ ਨਾਲ ਗੱਲਬਾਤ ਕਰਨੀ ਆ, ਉਹਨਾਂ ਤੋਂ ਜਿਹੜਾ ਬਿਠਾ ਕੇ ਪੁੱਛਿਆ ਜਾਵੇ ਵੀ ਕੀ ਗੱਲਬਾਤ ਆ। ਜੇਕਰ ਉਹ ਬਿਨਾਂ ਮਤਲਬ ਤੋਂ, ਬਿਨਾਂ ਕਿਸੇ ਗੱਲਬਾਤ ਤੋਂ, ਤਾਂ ਫਿਰ ਗੁਰਮਰਿਆਦਾ ਅਨੁਸਾਰ ਕਾਰਵਾਈ ਵੀ ਹੋਣੀ ਚਾਹੀਦੀ ਆ।
जी 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 धन्यवाद जी। ये वीडियो सोशल मीडिया से लगातार वायरल हो रही है जो कि दिवाली वाले दिन की दसी जा रही है। इसनों लेके हूँ लगातार सिख आगुओं के वलों जी मांग की जा रही है कि इन्हों नेंगा के खिलाफ सख्त कार्रवाई होवे, जांच होवे कि ये बंदे कौन सन ते उत्थों की कहना चाहते सन। हुण देखना होगा कि इसनों लेके अकाल तख्त साहब के जथेदार की अपना एक्शन लेंदे ने। ब्यूरो रिपोर्ट D5 चैनल पंजाबी। निडर हां, निरपक्ष हां, आजाद हां, सच कहां, गल करांगे सियासी हवा दी, होणगे हुकमराना नूं सिद्धे सवाल। सब तो पहला पहुंचावांगे तुहाडे तक सिर्फ सच्ची खबर, दसांगे कौन कर रहा है थोड़े ते सफर, विदेशां च बैठे पंजाबियां दे हक दी करांगे गल, कैनेडा दी हर सियासी खबर लेके आवांगे तुहाडे वल, उभरांगे पंजाब दी आवाज बन के, होणगे हर पहलू ते रोज चर्चे, खोलांगे अंदरूनी राज, बनांगे बुलंद आवाज, खेड सिक्ख्या सेहत खेती दी बात पावांगे, हर पिंड हर शहर जावांगे, मनोरंजन नाल जुड़े कलाकारां नाल करवावांगे मुलाकात, संघर्षां वाली जिंदगी ते मारांगे चाल, की ने साडे कानून फर्ज ते अधिकार, की करदी है साडी सरकार, की है तुहाडी मुश्किल दा हल, D5 चैनल पंजाबी दी कचहरी च होवेगी सिर्फ लोकां दी गल, धर्म धरोहर सेहत और संस्कृति की होगी बात, अब D5 चैनल हिंदी भी होगा सर, D5 चैनल पंजाबी, अपनी धरती अपने लोक। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।